ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚੋਂ ਜੇ ਅਸੀਂ ਇੱਕ ਸ਼ਬਦ ਦੇ ਅਰਥ ਪੁੱਛਣ ਤੁਰੀਏ ਨਾ ਜੀ, ਸਾਨੂੰ ਇਹ ਸ਼ਬਦ ਦੇ ਅਰਥ ਦੱਸੋ। ਉਹ ਸ਼ਬਦ ਸੁਣਿਆ ਜਾ ਸਕਦਾ ਹੈ, ਪਰ ਜਿੰਨੀ ਦੇਰ ਤੱਕ ਉਸ ਸ਼ਬਦ ਨੂੰ ਕਿਸ ਤੁਕ ਵਿੱਚ ਵਰਤਿਆ ਹੈ, ਤੁਕ ਨਹੀਂ ਆਪਾਂ ਪੂਰੀ ਪੜ੍ਹਦੇ, ਉਨੀ ਦੇਰ ਤੱਕ ਅਰਥ ਨਹੀਂ ਹੋ ਸਕਣਗੇ। ਸ਼ਬਦ ਇੱਕੋ ਹੈ, ਉਚਾਰਨ ਇੱਕੋ ਹੈ, ਕਈ ਥਾਵਾਂ 'ਤੇ ਅੱਖਰ ਵੀ ਇੱਕੋ ਜਿਹੇ ਨੇ, ਪਰ ਅਰਥ ਬਦਲ ਜਾਂਦੇ ਨੇ। ਜਿਵੇਂ ਅਸੀਂ ਹੁਣ ਸ਼ਬਦ ਵਰਤਿਆ ਸਿੱਖ, ਇੱਕ ਅਸੀਂ ਪਾਠ ਕਰਦੇ ਹਾਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸ਼ਬਦ ਸਿੱਖ ਹੈ ਨਾ ਜੀ। ਹੁਣ ਇੱਕ ਆਪ ਜਪਜੀ ਸਾਹਿਬ 'ਚ ਰੋਜ਼ ਤੁਕ ਪੜ੍ਹਦੇ ਹੋ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਉੱਥੇ ਸਿੱਖ ਅਖਾਏ, ਇੱਥੇ ਸਿੱਖ ਸੁਣੀ, ਦੋਨੋਂ ਸ਼ਬਦ ਉਚਾਰਨ ਸਿੱਖ ਹੈ, ਪਰ ਸੱਚ ਇਹ ਵੀ ਅਰਥਾਂ ਵੀ ਦੋਨਾਂ ਦੇ ਅੰਤਰ ਹੈ। ਉੱਥੇ ਸ਼ਬਦ ਸਿੱਖ ਦਾ ਅਰਥ ਹੈ ਜਿਹਨੇ ਗੁਰੂ ਦੀ ਰੁਖਾਨੀਅਤ ਤਲੀਮ ਨੂੰ ਸਵੀਕਾਰ ਕਰ ਲਿਆ, ਅਤੇ ਉੱਥੇ ਸਿੱਖ ਜਿਹੜਾ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ। ਪਰ ਜਦੋਂ ਅਸੀਂ ਪਾਠ ਕੀਤਾ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਥੇ ਸਿੱਖ ਦਾ ਲਫਜ਼ੀ ਅਰਥ ਹੈ ਤਲੀਮ, ਸਿੱਖਿਆ, ਜਿਹਨੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ। ਫਿਰ ਬੇਨਤੀ ਸੁਣੀ ਇਸ ਨੂੰ, ਹਾਲਾਂਕਿ ਮੇਰੇ ਚਿੱਤ 'ਚ ਇਹ ਵੀ ਜ਼ਰੂਰ ਸੀ ਕਿਉਂਕਿ ਟਾਈਮ ਬਿਲਕੁਲ ਇੱਕ ਥਾਂ ਨਿੱਠ ਕੇ ਬਹਿਣ ਦਾ ਨਹੀਂ ਬਣਦਾ, ਕਿ ਜਪਜੀ ਸਾਹਿਬ ਦੀ ਕਥਾ ਜਿਸ ਦੁਬਾਰਾ ਕਿਤੇ ਸਮਾਂ ਮਿਲੇ ਉਸ ਵਿੱਚ ਇੰਨੀ ਕੁ ਬਖਸ਼ਿਸ਼ ਦਾਤੇ ਨੇ ਕੀਤੀ ਹੈ। ਪਹਿਲੀਆਂ ਪੌੜੀਆਂ ਦੀ ਵਿਆਖਿਆ ਅੰਤਲੀਆਂ ਪੌੜੀਆਂ ਕਰਦੀਆਂ ਨੇ, ਅੰਤਲੀਆਂ ਪੌੜੀਆਂ ਦੀ ਵਿਆਖਿਆ ਪਹਿਲੀਆਂ ਪੌੜੀਆਂ ਕਰ ਰਹੀਆਂ। ਇਹ ਬਸ ਇਉਂ ਜੇ ਜੀ ਜਿਵੇਂ ਇੱਕ ਇੱਕ ਡੰਡਾ ਪਕੜ ਕੇ ਬੰਦਾ ਛੱਤ 'ਤੇ ਪਹੁੰਚਦਾ, ਇੱਕ ਇੱਕ ਪੌੜੀ ਕਿਵਸ ਚਿਆਰਾ ਹੋਈ ਹੈ ਤੋਂ ਸ਼ੁਰੂ ਕਰਕੇ ਸੱਚ ਖੰਡ ਵਸੈ ਨਿਰੰਕਾਰ ਤੱਕ ਲਿਜਾਂਦੀ ਹੈ। ਗੁਰੂ ਸਾਹਿਬ ਜੀ ਨੇ ਇੱਥੇ ਸ਼ਬਦ ਆਇਆ ਸਿੱਖ ਮਰਜ ਕੀਤੀ, ਅਤੇ ਸਿੱਖ ਦਾ ਅਰਥ ਸਿੱਖਿਆ, ਉੱਤੇ ਸਿੱਖ ਦਾ ਅਰਥ ਜਿਹਨੇ ਸਿੱਖਿਆ ਮੰਨੀ। ਹੁਣ ਅਗਲੀ ਬੇਨਤੀ ਹੈ, ਜੇ ਅਸੀਂ ਦੇਖੀਏ ਵੀ ਸਾਨੂੰ ਇਹ ਇਸ ਤਰ੍ਹਾਂ ਅਰਥ ਦਿਓ ਜਿਵੇਂ ਕੋਸ਼ ਵਿੱਚ ਨੇ, ਡਿਕਸ਼ਨਰੀ 'ਚ ਨੇ। ਬੇਨਤੀ ਕਰਾਂ, ਕੋਸ਼ ਵਿੱਚੋਂ ਅਰਥ ਉਹ ਨਹੀਂ ਲੱਭੇਗਾ ਜਿਹੜੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵੀ ਦਿੱਤੀ। ਦਾਸ ਨੇ ਇੱਕ ਵਾਰ ਅਰਜ਼ ਕੀਤੀ, ਸਰਦਾਰ ਕਪੂਰ ਸਿੰਘ ਜੀ, ਮੈਨੂੰ ਪਤਾ ਹੈ ਜਿਨ੍ਹਾਂ ਨੂੰ ਅਸੀਂ ਰਾਜਨੀਤਿਕ ਤੌਰ 'ਤੇ ਕਾਫੀ ਜਾਣਦੇ ਹਾਂ, ਸਾਚੀ ਸਾਖੀ ਬੜੀ ਉਹਨਾਂ ਦੀ ਮਸ਼ਹੂਰ ਬੁੱਕ ਹੈ, ਕਿਤਾਬ ਹੈ, ਪਰ ਉਹ ਜੋ ਕੁਝ ਗੁਰਮਤ 'ਤੇ ਬੋਲੇ ਉਹ ਬਹੁਤ ਘੱਟ ਸੱਜਣਾਂ ਨੇ ਪੜ੍ਹਿਆ ਹੋਣਾ। ਉਹ ਵਿਆਖਿਆ ਜਦੋਂ ਕਰਦੇ ਸਨ ਸ਼ਬਦਾਂ ਦੀ, ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ, ਪੱਟੀ ਦੀ ਕਥਾ ਚੱਲ ਰਹੀ ਸੀ ਨਿਊਜ਼ੀਲੈਂਡ, ਉੱਥੇ ਲਫ਼ਜ਼ ਆਇਆ ਸ਼ਾਇਰ, ਅਸੀਂ ਉਸ ਦਿਨ ਵੇਖਿਆ। ਚਲੋ ਉੱਥੇ ਗੁਰਦੇਵ ਨੇ ਜਿਹੜਾ ਸ਼ਾਇਰ ਸ਼ਬਦ ਵਰਤਿਆ ਹੈ ਉਹਦੇ ਸਾਰੇ ਅਰਥ ਹੀ ਕਰਨੇ ਆ ਵੀ ਕਵੀ, ਕੋਈ ਸ਼ੱਕ ਨਹੀਂ। ਅੱਜ ਇਹ ਕਵੀ ਲਈ ਸ਼ਬਦ ਵਰਤਿਆ ਜਾਂਦਾ ਹੈ, ਨਾਨਕ ਸ਼ਾਇਰ ਏਵ ਕਹਿਤਾ ਸੱਚੇ ਪਰਵਤਗਾਰਾ। ਪਰ ਸਰਦਾਰ ਕਪੂਰ ਸਿੰਘ ਕਹਿੰਦੇ ਨੇ ਜਦੋਂ ਕੁਰਾਨ ਨਹੀਂ ਸੀ ਉਤਰੀ ਅਜੇ, ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਅਰਬੀ ਵਿੱਚ ਜਿਹੜਾ ਸ਼ਾਇਰ ਲਫ਼ਜ਼ ਸੀ ਉਹਦੇ ਅਰਥ ਅੱਜ ਵਾਲੇ ਨਹੀਂ ਸਨ। ਬੜੀ ਗਹਿਰੀ ਬਾਤ ਉਹਨਾਂ ਕੀਤੀ, ਅਤੇ ਇਹ ਮੈਨੂੰ ਬੜੀ ਸੁਖੀਨਤਾ ਮਿਲੀ ਇਸ ਅਰਥ ਕਰਨ ਵਿੱਚ। ਕਹਿੰਦੇ ਨੇ ਅੱਜ ਵਾਲੇ ਅਰਥ ਅਸੀਂ ਕਰਨੇ ਹਾਂ ਸ਼ਾਇਰ ਦਾ ਅਰਥ ਕਵੀ। ਕਹਿੰਦਾ ਅਸਲ 'ਚ ਕੁਰਾਨ ਉਤਰਨ ਤੋਂ ਪਹਿਲਾਂ ਅਰਬੀ ਵਿੱਚ ਸ਼ਾਇਰ ਦੇ ਲਫ਼ਜ਼ੀ ਅਰਥ ਸਨ, ਉਹ ਪਹੁੰਚੀ ਹੋਈ ਆਤਮਾ ਜਿਹੜੀ ਖੁਦਾ ਨਾਲ ਅਭੇਦ ਹੈ ਅਤੇ ਖੁਨਾ ਦੇ ਘਰ ਦੀਆਂ ਰਮਜ਼ਾਂ ਲੋਕਾਂ ਨੂੰ ਦੱਸਦੀ ਪਈ ਹੈ। ਉਹਨਾਂ ਨੇ ਸ਼ਾਇਰ ਦਾ ਅਰਥ ਕੇਵਲ ਕਵੀ ਨਹੀਂ ਕੀਤਾ। ਮੈਂ ਬੇਨਤੀ ਕਰਾਂ, ਉਹਨਾਂ ਨੇ ਗੁਰੂ ਅਤੇ ਸਿੱਖ ਦੇ ਅਰਥ ਕੀਤੇ। ਮੈਨੂੰ ਯਾਦ ਇੱਕ ਵਾਰ ਮੈਂ ਇਹ ਕੀਤੇ ਸਨ, ਅੱਜ ਸਿੱਖ ਦਾ ਜ਼ਿਕਰ ਚੱਲਿਆ ਤਾਂ ਅਸੀਂ ਆਮ ਤੌਰ 'ਤੇ ਗੁਰੂ ਲਫ਼ਜ਼ ਦੇ ਅਰਥ ਕਰ ਰਹੇ ਹਾਂ ਅੰਗਰੇਜ਼ੀ ਵਿੱਚ। ਖਿਮਾ ਕਰਿਓ, ਮੈਂ ਇੰਨਾ ਪੜ੍ਹਿਆ ਨਹੀਂ ਅੰਗਰੇਜ਼ੀ, ਪਰ ਮੈਨੂੰ ਇੰਨਾ ਜ਼ਰੂਰ ਮਹਿਸੂਸ ਹੁੰਦਾ ਜਦੋਂ ਸਕਰੀਨ 'ਤੇ ਪੜ੍ਹਨਾ, ਮੈਨੂੰ ਪਤਾ ਵੀ ਉਹਨਾਂ ਅੰਗਰੇਜ਼ੀ ਕੋਲ ਰੁਖਾਨੀਅਤ ਦੇ ਲਫ਼ਜ਼ ਕੋਈ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਪਹਿਲੀ ਗੱਲ ਤਾਂ ਪੰਜਾਬੀ 'ਚ ਜਿੱਥੇ ਪੈਰ ਚਰਾਰਾ ਆਉਂਦਾ ਅੰਗਰੇਜ਼ੀ ਕੋਲ ਹੈ ਹੀ ਨਹੀਂ, ਕਿਰਪਾ ਆਵੇਗਾ ਉੱਥੇ ਰਾਰਾ ਕਿੱਥੇ, ਆਪਾਂ ਨੂੰ ਅੱਧਾ ਰਾਰਾ ਨਹੀਂ ਮਿਲਣਾ। ਮੈਂ ਫਿਰ ਬੇਨਤੀ ਕਰਾਂ ਵੀ ਉਹ ਸ਼ਬਦ ਰੁਖਾਨੀਅਤ ਦੇ ਨਹੀਂ, ਠੀਕ ਉਹ ਸ਼ਬਦ ਘੁਮਾ ਕੇ ਨੇੜੇ ਤੇੜੇ ਦੇ ਲੱਭ ਕੇ ਅਰਥ ਕੀਤੇ ਜਾਂਦੇ ਆ, ਪਰ ਉਹ ਸੀ ਗੁਰੂ ਦੇ ਅਰਥ ਜਦੋਂ ਕਰਨੇ ਆ ਆਮ ਤੌਰ 'ਤੇ ਮਾਸਟਰ ਟੀਚਰ ਉਸਤਾਦ ਅਤੇ ਅਧਿਆਪਕ ਕੀਤੇ ਜਾਂਦੇ ਆ, ਜਾਂ ਹਿੰਦੀ 'ਚ ਇੱਕ ਸ਼ਬਦ ਆਚਾਰਿਆ ਵਰਤੇ। ਸਰਦਾਰ ਕਪੂਰ ਸਿੰਘ ਕਹਿੰਦੇ ਸਨ ਨਹੀਂ, ਕਹਿੰਦੇ ਨੇ ਜੇ ਤੁਸੀਂ ਕੋਸ਼ ਵਿੱਚੋਂ ਪੜ੍ਹੋਗੇ ਤਾਂ ਟੀਚਰ ਮਾਸਟਰ ਹੀ ਅਰਥ ਬਣਨਗੇ, ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਸ਼ਬਦ ਪੜ੍ਹੋਗੇ ਤਾਂ ਗੁਰੂ ਦਾ ਲਫ਼ਜ਼ੀ ਅਰਥ
ਜੋ ਜਿਸ ਪਰਪੇਖ 'ਚ ਆਇਆ, ਜਿਹੜੀ ਡੈਫੀਨੇਸ਼ਨ 'ਚ ਆਇਆ, ਪਹਿਲੀ ਗੱਲ ਤਾਂ ਉਹ ਦੇਖਣੀ ਪਏਗੀ। ਹਾਲਾਂਕਿ ਗੁਰੂ ਦੇ ਲਫ਼ਜ਼ੀ ਅਰਥ ਜਿਹੜੇ ਨੇ, ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਬਣਿਆ, ਦੋ ਅੱਖਰਾਂ ਦਾ ਸ਼ਬਦ ਹੈ ਗੋ ਅਤੇ ਰੂਹ। ਗੋ ਦਾ ਲਫ਼ਜ਼ੀ ਅਰਥ ਹਨੇਰਾ, ਰੂਹ ਦਾ ਅਰਥ ਚੰਨ। ਅੱਗੇ ਕੱਲ੍ਹ ਨੂੰ ਆਉਣਾ ਵਾਹਿਗੁਰੂ ਸ਼ਬਦ ਦੇ ਅਰਥ ਗੁਰੂ ਨਾਨਕ ਸਾਹਿਬ ਕਰਦੇ। ਪਰ ਯਾਦ ਰੱਖੋ, ਇਹ ਸ਼ਬਦ ਗੁਰੂ ਹਰ ਥਾਂ 'ਤੇ ਪੋਜ਼ਿਟਿਵ ਸੈਂਸ ਲਈ ਨਹੀਂ ਵਰਤਿਆ। ਜਿਵੇਂ ਅਸੀਂ ਬਾਣੀ 'ਚ ਇੱਕ ਪਾਠ ਕਰਦੇ ਹਾਂ, ਕਬੀਰ ਮਾਏ ਮੁੰਡੋਂ ਅਤੇ ਗੁਰੂ ਕੀ, ਜਾਂ ਤੇ ਭਰਮ ਨਾ ਜਾਏ, ਸ਼ਬਦ ਤਾਂ ਗੁਰੂ ਹੈ। ਪਰ ਉੱਥੇ ਚਾਨਣ ਦੇਣ ਵਾਲਾ ਨਹੀਂ, ਉੱਥੇ ਲਫ਼ਜ਼ੀ ਅਰਥ ਗੁਰੂ ਵਰਤਿਆ, ਪਰ ਉਹਦੇ ਅਰਥ ਪਖੰਡੀ ਨੇ। ਜਿਵੇਂ ਅਸੀਂ ਪਾਠ ਕਰ ਰਹੇ ਹਾਂ, ਗੁਰੂ ਜਿਨ੍ਹਾਂ ਕਾ ਅੰਦੁਲਾ, ਹੁਣ ਉੱਥੇ ਸ਼ਬਦ ਗੁਰੂ ਆਇਆ, ਪਰ ਉਹਦੇ ਅਰਥ ਇਹ ਨਹੀਂ ਹੋ ਸਕਣਗੇ ਕਿ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ। ਮੇਰੇ ਕਹਿਣ ਤੋਂ ਮੁਰਾਦ ਲਫ਼ਜ਼ ਇੱਕ ਹੋਵੇ, ਉਚਾਰਨ ਇੱਕ ਹੋਵੇ, ਪਰ ਅਰਥ ਕਰ ਲੱਗਿਆ ਸਾਨੂੰ ਦੇਖਣਾ ਪਏਗਾ ਇਸ ਲਫ਼ਜ਼ ਦੀ ਵਰਤੋਂ ਕਿਸ ਤੁਕ ਵਿੱਚ ਕੀਤੀ ਗਈ ਹੈ। ਉਸ ਤਰ੍ਹਾਂ ਨਹੀਂ, ਉਸ ਤਰ੍ਹਾਂ ਤਾਂ ਸਾਰੇ ਲਫ਼ਜ਼ ਮਿਲਣਗੇ। ਫਿਰ ਬੇਨਤੀ ਜੀ, ਉਹਨਾਂ ਨੇ ਅਰਥ ਕੀ ਕੀਤੇ ਗੁਰੂ ਦੇ? ਉਹ ਕਹਿੰਦੇ ਇੱਕ ਗੱਲ ਤਾਂ ਗੁਰੂ ਸ਼ਬਦ ਦੇ ਅਰਥ ਜਿਹੜੇ ਗੁਰੂ ਜੋਤੀ ਲਈ ਵਰਤੇ, ਨਾਮ ਦਾਤੇ ਲਈ ਵਰਤੇ, ਇਹਦੇ ਅਰਥ ਕੇਵਲ ਮਾਸਟਰ ਨਹੀਂ ਕਰਨੇ। ਕਹਿੰਦੇ ਨੇ ਗੁਰੂ ਹੋਵੇ ਜਿਹਦੇ ਵਿੱਚ ਪਾਰ ਬ੍ਰਹਮ ਨਿਰੰਕਾਰ ਆਪ ਸਾਕਾਰ ਹੋ ਕੇ ਵਰਤਦਾ ਹੈ। ਫਿਰ ਬੇਨਤੀ ਸੁਣਿਓ, ਗੁਰੂ ਉਹ ਜਿਹਦੇ ਵਿੱਚ ਪਾਰ ਬ੍ਰਹਮ ਨਿਰਾਕਾਰ ਸਾਕਾਰ ਹੋ ਕੇ ਵਰਤਦਾ। ਅਤੇ ਇਹ ਸਾਨੂੰ ਇਸ ਗੱਲ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦਿੰਦੇ ਆ। ਹਜ਼ੂਰ ਨੇ ਫਰਮਾਇਆ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਅਗਲੇ ਬਚਨ ਨੇ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ, ਆਖ ਸੁਣਾ, ਆਪ ਰੱਖਿਓਨ ਉਸ ਨਿਰਾਕਾਰ ਨੇ ਆਪਣੇ ਆਪ ਨੂੰ ਟਿਕਾਇਆ। ਜਿਵੇਂ ਗੁਰੂ ਕੇ ਰਬਾਬੀਆਂ ਨੇ ਇੱਕ ਸ਼ਬਦ ਵਰਤੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ। ਅਗਲਾ ਸ਼ਬਦ ਕਹਿ ਆਪ ਸਿਰਜਣਹਾਰ ਹੈ ਧਾਰਿਆ। ਕਹਿੰਦੇ ਪਹਿਲੀ ਗੱਲ ਤਾਂ ਗੁਰੂ ਦੇ ਅਰਥ ਕਰਦੇ ਹਾਂ, ਇਸ ਗੱਲ ਨੂੰ ਜ਼ੇਨ 'ਚ ਲੈ ਕੇ ਗੁਰੂ ਮਾਸਟਰ ਟੀਚਰ ਨਹੀਂ ਸਿਰਫ ਕੇਵਲ, ਸੱਚ ਇਹਵੇ ਕਿ ਗੁਰੂ ਹੋਵੇ ਧੰਨ ਗੁਰੂ ਨਾਨਕ ਸਾਹਿਬ ਏਵੇ। ਭਾਈ ਸਾਹਿਬ ਨੇ ਲਿਖਿਆ ਸਤਿਗੁਰੂ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ, ਭਾਈ ਗੁਰਦਾਸ ਸਾਹਿਬ। ਜਾਂ ਅਸੀਂ ਪਾਠ ਕਰਦੇ ਹਾਂ ਜੋਤ ਰੂਪ ਔਰ ਆਪ ਗੁਰੂ ਨਾਨਕ ਆਇਓ, ਇੱਥੇ ਗੁਰੂ ਦਾ ਅਰਥ ਜਿਸ ਵਿੱਚ ਪਰਮਾਤਮਾ ਵਰਦਾ, ਉਹਨਾਂ ਸਿੱਖ ਦੇ ਲਫ਼ਜ਼ੀ ਅਰਥ ਅਸੀਂ ਸਾਰੇ ਸਟੂਡੈਂਟ ਕਰਨੇ। ਵੀ ਸਿੱਖ ਦਾ ਅਰਥ ਹੈ ਵਿਦਿਆਰਥੀ, ਸਿੱਖਣ ਵਾਲਾ, ਸਿਖਿਆਰਥੀ। ਪਰ ਬਾਣੀ ਮੁਤਾਬਕ ਜਦੋਂ ਉਹਨਾਂ ਅਰਥ ਕੀਤੇ, ਮੈਂ ਕਿਹਾ ਵਾਹ ਵੀ ਕਮਾਲ ਕਰਤੀ। ਕਹਿੰਦੇ ਸਿਖਿਆਰਥੀ ਹੈ, ਵਿਦਿਆਰਥੀ ਹੈ, ਪਰ ਚੇਤੇ ਰੱਖਿਓ ਸਿੱਖ ਹੋਵੇ ਜਿਹਦੇ ਵਿੱਚ ਗੁਰੂ ਪ੍ਰਤਾਖ ਹੋ ਕੇ ਵਰਤਣ ਲੱਗ ਪੈਂਦਾ ਹੈ। ਫਿਰ ਬੇਨਤੀ, ਪਾਰ ਬ੍ਰਹਮ ਨਿਰਾਕਾਰ ਗੁਰੂ ਵਿੱਚ ਪਰਟਦਾ, ਅਤੇ ਗੁਰੂ ਦਾ ਸ਼ਬਦ ਜਦੋਂ ਸਿੱਖ ਵਿੱਚ ਵਰਤਦਾ ਤਾਂ ਸੱਚ ਇਹ ਵੇ ਕਿ ਗੁਰੂ ਸਿੱਖ ਦੇ ਵਿੱਚ ਵਰਤਣ ਲੱਗ ਪੈਂਦਾ। ਇਸੇ ਕਰਕੇ ਆਪ ਜਦੋਂ ਬਾਣੀ ਪੜ੍ਹੋਗੇ, ਮਹਾਰਾਜ ਨੇ ਬੜੀ ਥਾਵਾਂ 'ਤੇ ਜਿੱਥੇ ਪਾਰ ਬ੍ਰਹਮ ਅਤੇ ਗੁਰੂ ਦੀ ਅਭੇਦਤਾ ਦੱਸੀ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਖ ਅਤੇ ਗੁਰੂ ਦੀ ਅਭੇਦਤਾ ਵੀ ਦੱਸੀ। ਗੁਰੂ ਸਿੱਖ, ਸਿੱਖ ਗੁਰੂ, ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਿਡਾਣੀ, ਉੱਥੇ ਇਕਮਿਕਤਾ ਦੱਸੀ ਹੈ। ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹਉ ਖਾਲਸੇ ਕਾ ਖਾਲਸਾ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ। ਹੁਣ ਇਹ ਗੱਲ ਵੱਖਰੀ ਵੀ, ਮੈਂ ਸਿੱਖ ਸ਼ਬਦ ਆਪਣੇ ਨਾਲ ਲਾ ਰਿਹਾ, ਪਰ ਮੇਰੇ ਕੋਲ ਉਹ ਜੀਵਨ ਨਹੀਂ ਜਿਹੜਾ ਬਾਣੀ ਨੇ ਦੱਸਿਆ। ਸਿੱਖ ਸ਼ਬਦ ਬਹੁਤ ਉੱਚਾ ਹੈ, ਇਸੇ ਕਰਕੇ ਗੁਰੂ ਰਾਮਦਾਸ ਨੇ ਸੰਤ ਭਗਤ ਗੁਰਮੁਖ ਸਾਧ ਸਾਰੇ ਸ਼ਬਦਾਂ ਨੂੰ ਸਨਮਾਨ ਦਿੱਤਾ। ਜਦੋਂ ਗੁਰਸਿੱਖ ਦਾ ਜ਼ਿਕਰ ਆਇਆ, ਬਸ ਕਹਿੰਦੇ ਤੇਰੇ ਤੋਂ ਵੱਡਾ ਕੋਈ ਨਹੀਂ। ਇਹ ਪਵਿੱਤਰ ਬਚਨ ਹੈ, ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤੇ ਆ, ਧੰਨ ਧੰਨ ਭਾਗ ਤਿੰਨਾ ਸਾਧ ਜਨਾ ਜੋ ਹਰ ਜਾ ਸਰਵਣੀ ਸੁਣਦੇ ਆ। ਮਹਾਰਾਜ ਨੇ ਸ਼ਬਦ ਵਰਤੇ ਸਾਰੇ, ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਵੀ ਧੰਨ ਕਿਹਾ। ਇਹਦੇ ਅਖੀਰ 'ਚ ਇੱਕ ਬਚਨ ਕਿਹਾ ਸਭ ਤੋਂ ਵੱਡੇ ਭਾਗ ਗੁਰਸਿੱਖਾਂਗੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਮੇਰੇ ਕਹਿਣ ਤੋਂ ਮੁਰਾਦ ਕਿ ਉਹ ਸਿੱਖ ਨੂੰ ਬੜੀ ਵੱਡੀ ਥਾਂ ਦਿੱਤੀ। ਇਸ 11ਵੀਂ ਵਾਰ ਵਿੱਚ ਇਹ 13ਵੀਂ ਪੌੜੀ ਹੈ ਜਿਹ ਤੋਂ ਸਿੱਖਾਂ ਦਾ ਨਾਮ ਸ਼ੁਰੂ ਹੁੰਦਾ, ਅਤੇ ਪਹਿਲੀਆਂ 12 ਪੌੜੀਆਂ ਜਿਹੜੀਆਂ ਨੇ ਨਾ, ਉਹ ਸਿਰਫ ਇਹੀ ਦੱਸਿਆ ਵੀ ਗੁਰੂ ਕੀ ਹੈ ਅਤੇ ਸਿੱਖ ਨੂੰ ਕੀ ਬਖਸ਼ਦਾ ਹੈ। ਦੇਖੋ ਜਦੋਂ ਇਹਦੀ ਇਹ ਮਹਾਰਾਜ ਭਾਈ ਸਾਹਿਬ ਸ਼ੁਰੂ ਕਰਦੇ ਆ, ਉਸ ਵਿੱਚ ਉਹਨਾਂ ਨੇ ਗੁਰੂ ਦੀ ਸਿਫਤ ਕੀਤੀ। ਇਹਦੇ ਵਿੱਚ ਕਿਹਾ ਕਿ ਗੁਰੂ ਨੇ ਸਿੱਖ ਨੂੰ ਗਿਆਨ ਕੋਇਲ ਵਰਗਾ ਦਿੱਤਾ, ਧਿਆਨ ਕੱਛੂ ਕੁੰਮੇ ਵਰਗਾ ਦਿੱਤਾ, ਅਤੇ ਗੁਰੂ ਨੇ ਆਪਣੇ ਸਿੱਖ ਨੂੰ ਸਿਮਰਨ ਕੂੰਜ ਵਰਗਾ ਦਿੱਤਾ। ਭਾਈ ਸਾਹਿਬ ਨੇ ਇਹਦਾ ਜ਼ਿਕਰ ਕੀਤਾ।
ਹੁਣ ਅੱਜ ਮੈਂ ਸਿਰਫ ਸੰਖੇਪ ਜਿਹਾ, ਕਿਉਂਕਿ ਇਹ ਪੌੜੀ 13ਵੀਂ ਪੌੜੀ ਸਮਾਪਤ ਹੋਣੀ ਅਤੇ 14ਵੀਂ ਸ਼ੁਰੂ ਹੋਣੀ, ਉਸ ਵਿੱਚ ਚਾਰ ਕੁ ਤੁਕਾਂ ਸਿਰਫ ਆਉਣਗੀਆਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀਆਂ, ਵਿੱਚ ਹੀ ਗੁਰੂ ਅੰਗਦ ਸਾਹਿਬ ਦੇ ਵੇਲੇ ਦੇ। ਭਾਈ ਸਾਹਿਬ ਨੇ ਪਹਿਲਾ ਸ਼ਬਦ ਵਰਤਿਆ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ, ਅਤੇ ਮੈਂ ਬੇਨਤੀ ਕੀਤੀ ਸੀ, ਤਾਰੂ ਦੀ ਉਮਰ ਸਿਰਫ 10 ਸਾਲ ਦੀ ਸੀ। ਇਹ ਬੱਚਾ ਰੋਜ਼ਾਨਾ, ਸਿਰਫ ਸੰਖੇਪ ਬੇਨਤੀ ਕਰਾਂਗਾ, ਅੰਮ੍ਰਿਤ ਵੇਲੇ ਇਹਨੇ ਗੁਰੂ ਸਾਹਿਬ ਦੇ ਚਰਨਾਂ 'ਚ ਆਉਣਾ, ਜਿੰਨਾ ਸਮਾਂ ਕੀਰਤਨ ਧਰਮਸ਼ਾਲਾ 'ਚ ਹੋਣਾ, ਸਿਮਰਨ ਹੋਣਾ, ਇਹ ਬੱਚਾ ਹੱਥ ਜੋੜ ਕੇ ਪਿੱਛੇ ਖਲੋਤਾ ਰਹਿੰਦਾ ਸੀ। ਪੋਪਟ ਇਹਦੀ ਗੋਤ ਹੈ, ਜਾਤ ਕਹਿ ਲਓ। ਇੱਥੇ ਗੁਰੂ ਸਾਹਿਬ ਨੇ ਫਿਰ ਪੁੱਛਿਆ ਸੀ, ਬੇਟਾ ਤੂੰ ਨੀਂਦ ਨੂੰ ਛੱਡ ਕੇ, ਆਲਸ ਤਿਆਗ ਕੇ ਇੰਨੀ ਸਰਦੀ 'ਚ ਆਉਂਦਾ, ਤੈਨੂੰ ਸਮਝ ਕਿਵੇਂ ਪਈ? ਇਹਨੇ ਕਿਹਾ ਸੀ, ਬਾਬਾ ਜੀ ਮੈਂ ਸੁਣਿਆ ਸੰਤਾਂ ਦੀ ਸੰਗਤ ਨਾਲ ਅੰਦਰ ਨੂੰ ਸ਼ਾਂਤੀ ਮਿਲਦੀ ਏ, ਨਾਲੇ ਮੌਤ ਦਾ ਭੈ ਮੁੱਕਦਾ, ਕਲਿਆਣ ਹੁੰਦੀ ਏ। ਗੁਰੂ ਸਾਹਿਬ ਨੇ ਕਿਹਾ, ਬੇਟਾ ਤੇਰੀ ਉਮਰ 10 ਬਰਸ ਅਤੇ ਮੌਤ? ਕਹਿੰਦਾ ਬਸ ਇੱਕ ਦਿਨ ਮਾਈ ਚੁੱਲ੍ਹੇ 'ਚ ਅੱਗ ਬਾਲਦੀ ਪਈ ਸੀ। 10 ਨੂੰ ਵੀ ਪਤਾ, ਇੱਕ ਗ੍ਰੰਥ ਵਿੱਚ ਇਹ ਸਾਖੀ ਬਾਬਾ ਬੁੱਢਾ ਜੀ ਨਾਲ ਜੋੜੀ, ਪਰ ਪਰਸੋਂ ਬਾਬਾ ਬੁੱਢਾ ਸਾਹਿਬ ਦਾ ਜੀਵਨ ਮੈਂ ਯਤਨ ਕਰਨਾ, ਕੱਲ੍ਹ ਨੂੰ ਉੱਥੋਂ ਤੱਕ ਪਹੁੰਚ ਜਾਂ, ਪਰਸੋਂ ਸਮਾਪਤੀ ਉਹਨਾਂ ਦੇ ਜੀਵਨ 'ਤੇ ਹੋਵੇ। ਅਸਲ 'ਚ ਇਹ ਕਹਿੰਦਾ, ਮਾਂ ਨੇ ਛੋਟੀਆਂ ਲੱਕੜਾਂ ਪਹਿਲਾਂ ਫੂਟੀਆਂ, ਜਦੋਂ ਛੋਟੀਆਂ ਮੱਚਣ ਲੱਗੀਆਂ ਵੱਡੀ ਲੱਕੜ ਬਾਅਦ ਵਿੱਚ ਰੱਖੀ। ਬਸ ਇਹਦੇ ਨਾਲ ਹੀ ਬੈਰਾਗ ਆ ਗਿਆ ਕਿ ਜਿਹੜੀਆਂ ਪ੍ਰੰਬਲਾਂ, ਜਿਹੜੀਆਂ ਸ਼ਖਾਵਾਂ, ਟਾਹਣੀਆਂ ਬਾਅਦ ਵਿੱਚ ਆਈਆਂ, ਉਹ ਵਿਚਾਰੀਆਂ ਪਹਿਲਾਂ ਸੜ ਗਈਆਂ, ਜਿਹੜੇ ਪਹਿਲੇ ਆਏ ਸਨ ਉਹਨੂੰ ਅੱਗ ਬਾਅਦ ਵਿੱਚ ਲੱਗੀ। ਮਹਾਰਾਜ ਕਹਿੰਦੇ, ਤੈਨੂੰ ਸਮਝ ਕੀ ਪਈ? ਕਹਿੰਦਾ, ਹੋ ਸਕਦਾ ਬਾਬਾ ਜੀ ਜਿੰਨਾ ਜਨਮ ਦਿੱਤਾ ਉਹਨਾਂ ਨੂੰ ਅੱਗ ਬਾਅਦ ਵਿੱਚ ਲੱਗੇ, ਅਤੇ ਜਿਹੜੇ ਜੰਮੇ ਨੇ ਉਹ ਭਾਵੇਂ ਦੁਨੀਆਂ ਤੋਂ ਪਹਿਲਾਂ ਹੀ ਤੁਰ ਜਾਣ। ਬਸ ਇਹ 'ਚ ਬੈਰਾਗ ਉੱਠ ਗਿਆ। ਮਹਾਰਾਜ ਨੇ ਕਿਹਾ, ਤੂੰ ਕੁੱਲ ਤਾਰੂ ਹੋਵੇਂਗਾ। ਇੱਥੇ ਫਿਰ ਦੱਸਿਆ, ਤੂੰ ਧਰਮ ਦੀ ਕਿਰਤ ਕਰੀਂ, ਸਾਹ ਅੰਦਰ ਜਾਏ ਵਾਹਿਗੁਰੂ ਅਤੇ ਬਾਹਰ ਨਿਕਲੇ ਵਾਹਿਗੁਰੂ। ਉਸ ਤੋਂ ਬਾਅਦ ਇੱਥੇ ਗੁਰਮੁਖ ਬਾਲ ਸੁਭਾਏ ਉਦਾਸੀ ਹੈ। ਇਹ ਅੱਧੀ ਅੱਧੀ ਤੁਕ ਦੀ ਮੈਂ ਵਿਆਖਿਆ ਕੀਤੀ ਵੀ ਉਹ ਕੀ ਦੱਸਿਆ। ਅੱਗਾ ਹੈ, ਮੂਲਾ ਕੀੜ ਵਿਖਾਣੀ ਹੈ ਚਲਤ ਅਚਰਜ ਲੁਭਤ ਗੁਰਦਾਸੀ। ਮੂਲਾ ਨਾਮ ਹੈ, ਕੀੜੇ ਦੀ ਜਾਤੀ ਸੀ, ਅਤੇ ਇਹਦੇ ਸੰਬੰਧੀ ਮੈਂ ਬੇਨਤੀ ਕੀਤੀ ਸੀ। ਚਲਤ, ਚਲਤ ਦਾ ਅਰਥ ਕਰੈਕਟਰ, ਆਚਰਨ, ਅਚਰਜ ਦਾ ਅਰਥ ਹੈ ਹੈਰਾਨੀ ਪੈਦਾ ਕਰਨ ਵਾਲਾ। ਲੁਭਤ ਗੁਰਦਾਸੀ, ਗੁਰਾਂ ਦਾ ਦਾਸ ਹੈ ਅਤੇ ਗੁਰੂ ਪ੍ਰੇਮ ਵਿੱਚ ਲੁਭਤ ਹੈ। ਇਹਦੇ ਬਾਰੇ ਮੈਂ ਗੱਲ ਕਹੀ, ਮੈਂ ਉਹ ਤਾਂ ਸੁਣਾਉਣੀ ਚਾਹੁੰਦਾ। ਅੱਜ ਕੋਈ ਟਾਵਾਂ ਟਾਵਾਂ ਜੇ ਜਿਹੜਾ ਪੜਦੇ ਕੱਜਦਾ ਜੇ, ਯਾਦ ਰੱਖਿਓ ਤਕਰੀਬਨ 99% ਸਾਡਾ ਸਮਾਜ ਬੰਦੇ ਤੋਂ ਗੁਨਾਹ ਹੋਵੇ ਉਹਦਾ ਪਰਦਾ ਪਾੜਦਾ ਹੈ। ਇਹ ਭਾਈ ਮੂਲਾ ਉਹ ਹੈ ਜਿਹਨੂੰ ਕਿਹਾ ਸੀ ਧਰਮ ਦੀ ਕਿਰਤ ਕਰੀ, ਵੰਡ ਛਕੀ, ਅਤੇ ਤੁਰਦਿਆਂ ਕਿਹਾ ਸੀ, ਮੂਲਾ ਇੱਕ ਯਤਨ ਕਰੀ, ਜ਼ਿੰਦਗੀ 'ਚ ਕੋਈ ਘਟਨਾ ਵਾਪਰੇ ਅਤੇ ਪੜਦੇ ਜ਼ਰੂਰ ਕੱਜੀ। ਇਹਦੀ ਜੀਵਨ ਦੀ ਘਟਨਾ, ਇਹਦੇ ਘਰ ਇੱਕ ਠੱਗ ਆ ਗਿਆ, ਕਿਉਂਕਿ ਅੱਜ ਮੈਂ ਸਾਰੀ ਸੰਪੂਰਨ ਕਰਕੇ, ਉਹ ਬਾਣੀ ਬੜੀ ਕੰਠ ਸੀ ਉਹਨੂੰ, ਅਸੀਂ ਵਾਚ ਚੁੱਕੇ ਹਾਂ, ਰਾਤ ਉਹਦੀ ਸੇਵਾ ਕੀਤੀ ਇਹਨੇ। ਉਹਨੇ ਰਾਤ ਦੇਖ ਲਿਆ ਵੀ ਇਹਦੀ ਘਰਵਾਲੀ ਦੇ ਗਹਿਣਿਆਂ ਦਾ ਡੱਬਾ ਕਿੱਥੇ ਵੇ। ਉਹ ਅੱਧੀ ਰਾਤ ਨੂੰ ਡੱਬਾ ਆਲੇ ਵਿੱਚੋਂ ਕੱਢਿਆ, ਲਿਜਾਣ ਲੱਗਾ ਸੁੱਤਿਆਂ, ਅਤੇ ਅੱਗੋਂ ਦਰਵਾਜ਼ਾ ਬੰਦ ਸੀ ਅਤੇ ਤਾਲਾ ਲੱਗਾ। ਇਹ ਵਾਪਸ ਆ ਗਿਆ ਮੂਲੇ ਨੂੰ, ਕਹਿੰਦਾ ਉੱਠ, ਮੇਰੇ ਪੇਟ 'ਚ ਸੋਲ ਉੱਠਿਆ, ਮੈਂ ਬਾਹਰ ਜਾਣਾ, ਦਰਵਾਜ਼ਾ ਖੋਲ, ਕੁੰਜੀ ਦੇ। ਉਹ ਕਹਿੰਦਾ ਤੂੰ ਇੱਥੇ ਕਿਰਿਆ ਸੋਧ ਲੈ, ਮੈਂ ਹੱਥ ਨਾਲ ਸਫਾਈ ਕਰ, ਤੈਨੂੰ ਇਸ਼ਨਾਨ ਕਰਾ ਦੇਣਾ। ਉਹ ਭਾਵਨਾ 'ਚ ਭਿੱਜਾ ਸੀ। ਉਹ ਕਹਿੰਦਾ ਨਹੀਂ ਨਹੀਂ ਮੈਂ ਬਾਹਰ ਜਾਣਾ। ਉਹਨੇ ਦਰਵਾਜ਼ਾ ਖੋਲ੍ਹਿਆ, ਉਹਦੀ ਕੱਚ ਵਿੱਚੋਂ ਡੱਬਾ ਡਿੱਗ ਪਿਆ। ਮੂਲੇ ਨੇ ਉਹ ਡੱਬਾ ਹੱਥ 'ਚ ਪਕੜਾ ਦਿੱਤਾ, ਚਲਾ ਗਿਆ। ਅਤੇ ਸਵੇਰੇ ਜਦੋਂ ਉੱਠੀ ਘਰਵਾਲੀ, ਉਹਨੇ ਕੰਮ ਕਰਕੇ ਲਾਏ ਸਨ, ਹੁਣ ਗਹਿਣੇ ਪਾਉਣ ਲੱਗੀ, ਵੇਖਿਆ ਡੱਬਾ ਹੈ ਨਹੀਂ, ਅਤੇ ਉਹਨੇ ਪੁੱਛਿਆ ਗਹਿਣੇ ਕਿੱਥੇ? ਉਹ ਕਹਿੰਦਾ ਰਾਤ ਚੋਰ ਆਇਆ ਸੀ, ਮੈਂ ਭੁੱਲ ਗਿਆ ਸਾਂ ਬੂਹਾ ਲਾਉਣਾ, ਕੋਈ ਚੋਰ ਲੈ ਗਿਆ। ਉਹ ਕਹਿੰਦੀ ਜਿਹੜਾ ਸਿੱਖ ਆਇਆ ਸੀ, ਉਹ ਕਹਿੰਦਾ ਉਹ ਅਸਲ 'ਚ ਸਵਕਤੀ ਤੁਰ ਗਿਆ, ਅਤੇ ਮੈਨੂੰ ਇੰਝ ਲੱਗਦਾ ਉਹ ਸ਼ਰਮ ਦਾ ਮਾਰਾ ਤੁਰ ਗਿਆ, ਕਿਤੇ ਮੇਰਾ ਨਾਂ ਨਾ ਲੱਗ ਜਾਏ। ਇਹ ਗੱਲ ਯਾਦ ਰੱਖਿਓ, ਸਭ ਤੋਂ ਨੇੜੇ ਬੰਦਾ ਆਪਣੇ ਜੀਵਨ ਸਾਥ ਨਾਲ, ਜੀਵਨ ਸਾਥੀ ਨਾਲ ਦਿਲ ਦੀ ਸਾਂਝ ਪਾਉਂਦਾ ਹੈ। ਵਾਹ ਉਹ ਪਰਦੇ ਕੱਜਣ ਵਾਲਿਆ ਸਿੱਖਾ, ਤੂੰ ਆਪਣੇ ਜੀਵਨ ਸਾਥੀ ਤੋਂ ਵੀ ਪਰਦਾ ਕੱਜ ਦਿੱਤਾ ਵੀ ਸਿੱਖ ਦੇ ਨਾਮ ਨੂੰ ਦਾਗ ਨਾ ਲੱਗੇ। ਕਹਿੰਦਾ ਅਸਲ 'ਚੋਂ ਚਲਾ ਗਿਆ, ਉਹ ਇਸ ਕਰਕੇ ਮੇਰਾ ਨਾਂ ਨਾ ਲੱਗ ਜਾਏ। ਕਰਤਾਰਪੁਰ ਜਦੋਂ ਮੂਲਾ ਗੁਰੂ ਨਾਨਕ ਸਾਹਿਬ ਦੇ ਕੋਲ ਗਿਆ, ਮੈਂ ਗੁਰੂ ਨਾਨਕ ਪ੍ਰਕਾਸ਼ ਸ਼ਬਦ ਪੜ੍ਹੇ ਨੇ, ਮਹਾਰਾਜ ਜੀ ਨੇ ਕਿਹਾ ਮੂਲਿਆ ਆ, ਘੁੱਟ ਕੇ ਸੀਨੇ ਨਲਾਇਆ। ਕਹਿੰਦੇ ਨੇ ਤੂੰ ਮੇਰਾ ਨਾਮ ਲੈਣ ਵਾਲਾ, ਭਾਵੇਂ ਭੇਖੀ ਸੀ, ਮੇਰਾ ਨਾਮ ਲਿਆ
तू पर्दे कज दते, रब दी दरगाह विच गुरु तेरे पर्दे कजेगा। मैं बेनती करांगा, शब्द बड़े उच्चे जीवन वाले। अगे फिर मैं बेनती की सी, प्रिथा ते खेड़ा ये सोनी जात दे सन, इन्हां कहा महाराज सानू अपने चरणा च रखो। गुरु साहब कहिंदे हा साढ़े चरण साध संगत है। कहिंदे ने महाराज असी तुहाडी संगत माणीए। गुरु साहब कहिंदे शरीर मैनू भी मिलिया तुहानू भी मिलिया, शरीरां करके विछोड़े पैंदे आ, जे शब्द नाल जुड़ जाओगे ना इत्थे विछोड़ा पएगा ते ना उत्थे पएगा, तुसी बाणी नाल जुड़िओ। उस तो अगे असी भाई मरदाना जी का जिक्र किया जी, भला रबाब बजाए दा मजलस मरदाना मेरा सी। मैं उस दिन अर्थ किए सन, चलो अज फिर रिपीट हो जाए। मैं क्या सी मेरा सी, चलो जात लिख दिया विद्वान भी मेरा सी है। तो उस दिन मैं क्या सी कदी इस सस्से दे थले, हालांकि तुहानू पता है फारसी विच से भी आउंदा है, सीन भी आउंदी है, स्वाद भी आउंदा है। बुजुर्गां नू पता है जो उर्दू पर सस्से दी साउंड काफ़ी आउंदी, तीन चार वारी, तीन एक वारी खास करके। पर इत्थे उन्होंने शब्द मेरासी है, मैं अक्सर साडे सज्जन मेराशी बोल जाते, बिंदी ला के नहीं, अर्थ नहीं बन गए। मेरासी शब्द अरबी का है, ये मिरास विचों बने है। तो मिरास का लफ्ज ही अर्थ हुंदा संभालना, सामभण वाला। मिरासी का अर्थ है जेड़ा तुहाडे साडे परिवार का कुर्सी नामा, जेड़ा सानू भी पता ना होवे उहनू अपने ज़ेहन विच संभाल के बैठा होवे। जेड़े मिरासी सन वो अपने जजमाना दे कुर्सी नामे सांभदे सन। मैं बेनती की सी भाई साहब गुरु नानक साहब तो 10 साल वड्डे सन, 1480 नू मिलदे आ ते 1534 तक इन्हें गुरु नानक साहब की संगत की। 54 साल भाई मरदाने ने बाबे नाल सेवा की है। ये भी मैं उस दिन कहा सी जिन्ना आपनू पता, हाँ एक मैं लफ्ज़ उदन भुल गया सा। एक तो भाई साहब उदन में क्या, जदों बाबा जी ने जिदन भाई मरदाने चलाना करता ना, उस तो बाद बाबा जी लम्मी उदासी ते नहीं गए बिल्कुल। जदों भाई मरदाने ने मंगी दिखिया, गुरु साहब ने 3 बचन कहे। भाई मनी सिंह लिख दिया, पहला बचन क्या मरदानिया, केस सुचे रखने ने, केस नहीं कटने। याद रखियो गुरु नानक साहब कह रहे केस सुचे रखने ने। दूजी गल, पैर रात रहिंदिया उठ, सतनाम दा भजन नहीं कदी नागा नहीं पहन देना। तीसरा शब्द क्या सी, तेरे कोल सुक्की मिस्सी घर भी जो भी होए, आए हुए अतिथि नू कदी सेवा तो बिना खाली नहीं जान देना। ये 3 बचन महाराज ने कहे। ते अर्ज कीती इस गुरमुख ने, भाई साहब ने सेवा कीती 54 साल गुरु नानक साहब जी दी। उस तों बाद असी उत्थे वाचारिया सी उस दिन दुपहरे, पृथ्वीमल सहगल भला रामा डिडी भगत अभ्यासी। ये पृथ्वीमल ये नाम है, सहगल ओदी जात है, रामा नाम है ते डिडी ओदी जात है। कोई जो विद्वान डिडी सिख लिखते हैं वखरे, पर नहीं इत्थे रामा डिडी पूरा नाम है। इन्हां ने इक्को गल पुछी सी, महाराज मन किवें टिके। गुरु साहब ने कहा इहनू शब्द भी जोड़ो, तप दसे। उहदे विचों कहिंदे ने महाराज जोड़ीदा है तां निकल निकल जांदा है, भजदा है। ते गुरु साहब कहिंदे फिर कहिंदे छड्ड दईदा। महाराज कहिंदे जदों घोड़ा बीमार हो जाए ना, उहनू नहीं समझ भी मैनू मालक मसाला देंदा पिया, अपने आप नहीं खांदा, उहदा मूँह खोल के मसाला पा के मूँह चुक के उहनू काज़ा करना पैंदा है। घोड़ा थक के मसाला खा लेगा तो ठीक हो जाता है, ये वाशना का मारिया मन बीमार है। इनू इस करके शब्द के मसाले की समझ नहीं, जिमें घोड़े दे मूँह विच्चों हाथ नहीं कढ़ी दा जिन्नी देर तक मसाला अंदर ना जाए। इस तरह मन दे नाल युद्ध करना है, ये तो हारना नहीं, अरदास करके इनू जितना है।